ਸਾਧੂ ਮਹਾਰਾਜ ਨੇ ਉਸ ਛੋਟੇ ਜਿਹੇ ਬਾਲਕ ਦੀ
ਕੀਤੀ ਹੋਈ ਸੇਵਾ ਦੇ ਕਰਕੇ ਪ੍ਰਸੰਨਤਾਧਾਰੀ ਦਇਆ ਦੇ ਘਰ ਦੇ ਵਿੱਚ ਆਏ ਤੇ ਇੱਕ ਬਚਤ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਸ ਨੂੰ ਇਸ ਦੁਨੀਆ ਦੀ ਬਾਦਸ਼ਾਹੀ ਬਖਸ਼ ਦੇਣਾ ਕੀਤੀ। ਜਨਮ ਸਾਖੀ ਦੇ ਬਚਨ ਮੰਨ ਸਤਿਗੁਰੂ ਜੀ ਨੇ ਬਚਨ ਕੀਤੇ ਸੱਚਰ ਤੇਰਾ ਦੇਹ ਨਿਹਾਲੀ ਭਾਵੋ ਤੇਰਾ ਪਕਵਾਨ ਨਾਨਕ ਸਿਰਤੀ ਲੱਗਿਆ ਸਤਿਗੁਰੂ ਮਹਾਰਾਜ ਜੀ ਦੇ ਘਰ ਦੀ ਸੇਵਾ ਸਹਿਜ ਫਲ ਦੀ ਹੈ। ਸਤਿਗੁਰੂ ਮਹਾਰਾਜ ਜੀ
ਕਿਸੇ ਦੀ ਇੱਕ ਤਿਲ ਜਿੰਨੀ ਕੀਤੀ ਹੋਈ ਸੇਵਾ ਵਿਅਰਥ ਨਹੀਂ ਜਾਂਦੀ। ਭਗਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭਰਿਆ ਘਰ ਲਿਆ। ਸਤਿਗੁਰੂ ਜੀ ਦੇ ਘਰ ਦੇ ਵਿੱਚ ਥੋੜ੍ਹੀ ਜਿੰਨੀ ਸੇਵਾ ਕੀਤੀ, ਥੋੜ੍ਹਾ ਸਿਮਰਨ ਕੀਤਾ ਹੋਇਆ ਵੀ ਬਹੁਤਾ ਫਲ ਦੇ ਦਿੱਤਾ ਹੈ। ਪਰ ਜੇ ਕੋ ਕਰੇ ਚਿੱਤ ਲਾਏ, ਜੇਕਰ ਕੋਈ ਚਿੱਤ ਲਾ ਕਰਕੇ ਮਨ ਵਿੱਚ ਪੂਰਨ ਭਰੋਸਾ ਰੱਖ ਕਰਕੇ ਮਨ ਅੰਦਰ ਦ੍ਰਿੜਤਾ ਰੱਖ ਕਰਕੇ ਸਤਿਗੁਰੂ ਦੀ ਸੇਵਾ ਕਰੇ, ਸਿਮਰਨ ਕਰੇ, ਮਨ ਚੱਲਿਆ ਫਲ ਪਾਏ, ਮਨ ਦੀ ਇੱਛਾ ਅਨੁਸਾਰ ਫਲ ਪ੍ਰਾਪਤ ਹੋ ਜਾਂਦੇ। ਹਉਮੈ ਵਿੱਚ ਹੁਣ ਜਾਏ ਤੇ ਹਉਮੈ ਦੀ ਨਿਰਵਿਰਤੀ ਹੋ ਜਾਣਾ। ਸੋ ਇਸ ਕਰਕੇ ਸਦਾ ਸਤਿ ਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹ ਬਚਨ ਕਰਦੇ ਹਨ, ਗੁਰ ਸੇਵਾ ਤੇ ਸੁਖ ਉਪਜੈ। ਭਾਈ ਲੋਕ ਪਰਲੋਕ ਦੇ ਜਿਹੜੇ ਸੁੱਖ ਹਨ ਤਾਂ ਉਹ ਸਤਿਗੁਰੂ ਮਹਾਰਾਜ ਜੀ ਦੇ ਘਰ ਦੀ ਸੇਵਾ ਕਰਕੇ ਹੀ ਪੈਦਾ ਹੁੰਦੇ ਹਨ। ਫਿਰ ਸਤਿਗੁਰੂ ਜੀ ਬਚਨ ਕਰਦੇ ਨੇ, ਫਿਰ ਦੁੱਖ ਨਾ ਲੱਗਿਆ ਜਾਏ, ਫਿਰ ਕਿਸੇ ਪ੍ਰਕਾਰ ਦਾ ਸਰੀਰਕ ਦੁੱਖ, ਮਾਨਸਿਕ ਦੁੱਖ, ਕਿਸੇ ਪ੍ਰਕਾਰ ਦਾ ਵੀ ਆ ਕਰਕੇ ਦੁੱਖ ਲੱਗਦਾ ਨਹੀਂ ਹੈ, ਪ੍ਰਾਪਤ ਨਹੀਂ ਹੋਣਾ। ਇਸ ਦੁਨੀਆਂ ਦੇ ਵਿੱਚ ਭਾਵੇਂ ਅਨੇਕਾਂ ਪ੍ਰਕਾਰ ਦੇ ਦੁੱਖ ਮੰਨੇ ਗਏ ਹਨ, ਸਰੀਰਕ ਤੇ ਮਾਨਸਿਕ, ਪਰ ਗੁਰਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਚਾਰ ਪ੍ਰਕਾਰ ਦਾ ਜਿਹੜਾ ਦੁੱਖ ਹੈ ਉਹ ਵਿਸ਼ੇਸ਼ ਤੌਰ 'ਤੇ ਵਰਣਨ ਕੀਤਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਦੂਧ, ਇੱਕ ਦੁੱਖ ਰੋਗ ਲੱਗਿਆ ਤਨ ਧਾਰੀ, ਪੈਰ ਨਾ ਭੁੱਲੇ ਦਾਰੂ ਲਾਏ। ਸਤਿਗੁਰੂ ਜੀ ਬਚਨ ਕਰਦੇ ਨੇ, ਇੱਕ ਸਭ ਤੋਂ ਵੱਡਾ ਦੁੱਖ ਸਾਧ ਸੰਗਤ ਜੀ ਉਹ ਵਿਛੋੜੇ ਦਾ ਦੁੱਖ ਹੈ। ਜਿਵੇਂ ਮਾਂ ਨੂੰ ਪੁੱਤ ਦਾ ਪੁੱਤ ਤੇ ਵਿਛੋੜਾ ਪੈ ਜਾਂਦਾ, ਵਿਛੋੜੇ ਦਾ ਦੁੱਖ ਪੈ ਜਾਂਦਾ, ਉਹ ਜਿਹੜਾ ਵਿਛੋੜੇ ਦਾ ਦੁੱਖ ਹੈ ਉਸਨੂੰ ਵੀ ਸਹਾਰਨਾ ਬੜਾ ਮੁਸ਼ਕਲ ਹੁੰਦਾ ਹੈ। ਇਸ ਕਰਕੇ ਵਿਛੋੜੇ ਦਾ ਦੁੱਖ ਵੀ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਭੁੱਖ ਦਾ ਦੁੱਖ ਵੀ ਬਹੁਤ ਵੱਡਾ ਹੈ। ਭੁੱਖ ਦਾ ਦੁੱਖ ਤਾਂ ਇੰਨਾ ਵੱਡਾ ਹੈ ਕਈ ਵਾਰ ਮਨੁੱਖ ਨੂੰ ਦਰ ਦਰ ਦੀ ਫੁਕਰ ਉਡਾ ਦਿੰਦਾ, ਇੰਨਾ ਵੱਡਾ ਭੁੱਖ ਦਾ ਦੁੱਖ ਹੈ। ਇੱਕ ਦੁੱਖ ਸਖਤ ਵਾਰ ਮਨੁੱਖ, ਇੱਕ ਜਿਹੜੇ ਜਮਾਂ ਦਾ ਮੌਤ ਦਾ ਬੜਾ ਪ੍ਰਬਲ ਵੱਡਾ ਦੁੱਖ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਨੇ ਅੱਗੇ ਚਮਕਾਲ ਦੇਖਾ ਲੀਵੈ ਜੋ ਤਿਲ ਧਾਰੀ ਪੀੜਾਏ ਨਾ। ਜਿਵੇਂ ਕੋਧੂ ਦੇ ਵਿੱਚ ਤਿਲਾ ਪੀੜਿਆ ਜਾਂਦਾ ਹੈ ਨਾ, ਇਸ ਪ੍ਰਕਾਰ ਜਮਾਂ ਨੇ ਅੱਗੇ ਜਾ ਕੇ ਹਿਸਾਬ ਕਿਤਾਬ ਲੈਣਾ। ਇਸ ਕਰਕੇ ਜਮਾਂ ਦਾ ਵੀ ਬਹੁਤ ਵੱਡਾ ਦੁੱਖ ਹੈ। ਇੱਕ ਦੁੱਖ ਰੋਗ ਲੱਗੇ ਤਾਂ ਧਾਰੀ, ਇੱਕ ਚੌਥਾ ਦੁੱਖ ਇਹ ਹੈ ਜਿਹੜਾ ਬਹੁਤ ਮੁਸ਼ਕਲ ਹੋਣਾ। ਐਸੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਭਾਈ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਵੱਡੇ ਵੱਡੇ ਦੁੱਖ ਹਨ, ਉਹ ਸਤਿਗੁਰੂ ਜੀ ਦੇ ਘਰ ਦੀ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਕਿਸੇ ਪ੍ਰਕਾਰ ਵੀ ਲੱਗਦੇ ਨਹੀਂ ਹਨ। ਰੇ ਦਰਗਹਿ ਕਹਿ
ਰਹਿਆ ਸਮਾਈ ਪਿਆਰੇ ਭਾਈ ਫਿਰ
ਟੇਕ ਹੋ ਜਾਂਦੇ ਨੇ, ਆਪਣਾ ਜੀਵਨ ਸਫਲ ਕਰ ਲੈਂਦੇ ਹਨ। ਨਾਨਕ ਹੋ ਬਿਹਾਰੀ ਪਿੰਨ ਕੋ ਨਾਮ ਦੁੱਖਾਂ ਦੀ ਕਿਵੇਂ ਮਿਲ ਕਰਦੀ ਹੁੰਦੀ ਹੈ ਅਤੇ